ਸਾਸ਼ੀਕਲ ਦੋਸਤੋ ਮੈਂ ਵਿਕਾਸ ਮਲੋਤਰਾ ਔਰ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਤੋ ਤੁਹਾਨੂੰ ਦੱਸ ਦਈਏ ਪੁਲਿਸ ਨੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ ਇਹ ਕਿਹਾ ਜਾ ਰਿਹਾ ਹੈ ਕਿ ਉਹ ਸਿੱਧੂ ਮੂਸੇਵਾਲਾ ਦੀ ਸਾਰੀ ਜਾਣਕਾਰੀ ਹੱਤਿਆਰਿਆਂ ਤੱਕ ਉਸ ਬੰਦੇ ਨੇ ਪਹੁੰਚਾਈ ਸੀਗੀ ਸੋ ਫੈਨ ਬਣ ਕੇ ਜਿਹੜਾ ਇਹ ਨੌਜਵਾਨ ਸਿੱਧੂ ਮੂਸੇਵਾਲਾ ਦੇ ਘਰ ਦੇ ਅੰਦਰ ਵੜਿਆ ਸੀਗਾ ਸੋ ਕੇਕੜਾ ਨਾਮ ਦਾ ਹੈ ਲੜਕਾ ਦੱਸਿਆ ਜਾ ਰਿਹਾ ਹੈ ਜਿਹਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿੱਤਾ ਹੈ ਔਰ ਉਹਦੇ ਤੋਂ ਪੁੱਛਤਾਛ ਕੀਤੀ ਜਾ ਰਹੀ ਹੈ ਸੋ ਘਟਨਾ ਤੋਂ 15 ਮਿੰਟ ਪਹਿਲਾਂ ਦੀ ਜਿਹੜੀ ਹੈ ਫੁਟੇਜ ਸਾਹਮਣੇ ਆਉਂਦੀ ਹੈ ਸੀਸੀਟੀਵੀ ਫੁਟੇਜ ਦੇ ਵਿੱਚ ਉਹ ਦੇਖ ਸਕਦੇ ਹੋ ਤੁਸੀਂ ਸੀਸੀਟੀਵੀ ਫੁਟੇਜ ਤੁਹਾਨੂੰ ਦਿਖਾ ਰਹੇ ਹਾਂ ਜਿਹਦੇ ਵਿੱਚ ਕੁਝ ਨੌਜਵਾਨ ਜਿਹੜੇ ਨੇ ਉਹ ਫੈਨ ਬਣ ਕੇ ਸਿੱਧੂ ਮੂਸੇਵਾਲਾ ਦੇ ਘਰ ਦੇ ਬਾਹਰ ਖੜੇ ਨੇ ਔਰ ਸੈਲਫੀਆਂ ਲੈ ਰਹੇ ਨੇ ਇਹਨਾਂ ਦੇ ਵਿੱਚੋਂ ਹੀ ਇੱਕ ਨੌਜਵਾਨ ਜਿਹੜਾ ਕੇਕੜਾ ਨਾਮ ਦਾ ਮੁੰਡਾ ਦੱਸਿਆ ਜਾ ਰਿਹਾ ਹੈ ਇਹ ਇਹ ਨੌਜਵਾਨ 45 ਮਿੰਟ ਤੱਕ ਸਿੱਧੂ ਮੂਸੇਵਾਲਾ ਦੇ ਘਰ ਰਿਹਾ ਸੋ ਜਾਣਕਾਰੀ ਜਿਹੜੀ ਆ ਰਹੀ ਹੈ ਕਿ 45 ਮਿੰਟ ਤੱਕ ਸਿੱਧੂ ਮੂਸੇਵਾਲਾ ਦੇ ਘਰ ਫੈਨ ਬਣ ਕੇ ਰਹਿੰਦਾ ਹੈ ਉਹਦੇ ਨਾਲ ਸੈਲਫੀਆਂ ਖਿਚਾਉਂਦਾ ਹੈ ਫੋਟੋਆਂ ਕਰਵਾਉਂਦਾ ਹੈ ਇੱਥੇ ਤੱਕ ਵੀ ਜਿਹੜੇ ਬਾਹਰ ਜਿਹੜੇ ਲੋਕਾਂ ਦੇ ਲਈ ਚਾਹ ਪਾਣੀ ਦਾ ਇੰਤਜ਼ਾਮ ਹੁੰਦਾ ਉੱਥੇ ਚਾਹ ਵੀ ਪੀਤੀ ਜਾਂਦੀ ਹੈ ਸੋ ਇਹ ਜਾਣਕਾਰੀ ਆ ਰਹੀ ਹੈ ਕਿ ਇਹੀ ਕੇਕੜਾ ਨਾਮ ਦੇ ਲੜਕੇ ਨੇ ਜਿਹੜੀ ਹੈ ਹੱਤਿਆਰਿਆਂ ਤੱਕ ਜਿਹੜੀ ਹੈ ਸਾਰੀ ਸੂਚਨਾ ਦਿੱਤੀ ਹੈ ਕਿ ਸਿੱਧੂ ਮੂਸੇਵਾਲਾ ਇਸ ਵੇਲੇ ਘਰੇ ਆ ਔਰ ਕਿਹਦੇ ਨਾਲ ਨਿਕਲਣ ਲੱਗਾ ਔਰ ਕਿੰਨੇ ਵਜੇ ਨਿਕਲਣ ਲੱਗਾ ਸੋ ਜਿਸ ਤੋਂ ਬਾਅਦ ਅਚਾਨਕ ਜਦੋਂ ਨਿਕਲਦਾ ਸਿੱਧੂ ਮੂਸੇਵਾਲਾ ਆਪਣੇ ਘਰ ਤੋਂ ਔਰ ਆਪਣੀ ਥਾਰ ਗੱਡੀ ਦੇ ਵਿੱਚ ਸਵਾਰ ਹੁੰਦਾ ਹੈ ਉਸ ਦੌਰਾਨ ਵੀ ਕੁਝ ਨੌਜਵਾਨ ਸੈਲਫੀਆਂ ਦੇ ਲਈ ਉਹਨੂੰ ਰੋਕ ਲੈਂਦੇ ਨੇ ਔਰ ਉਸ ਤੋਂ ਬਾਅਦ ਜਦੋਂ ਨਿਕਲਦਾ ਪਿੱਛੇ ਹੀ ਕੁਝ ਸਮਾਂ ਬਾਅਦ ਹੀ ਨਾਲ ਹੀ ਕੁਝ ਹੀ ਮਿੰਟਾਂ ਬਾਅਦ ਜਿਹੜੀ ਹੈ ਕਰੋਲਾ ਗੱਡੀ ਔਰ ਜਿਹੜੀ ਬਲੈਰੋ ਗੱਡੀ ਹੈ ਦੋਨੋਂ ਗੱਡੀਆਂ ਪਿੱਛਾ ਕਰਨੀਆਂ ਸ਼ੁਰੂ ਹੋ ਜਾਂਦੀਆਂ ਔਰ ਜਵਾਹਰ ਕੇ ਰੋਡ ਤੇ ਜਾ ਕੇ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਵੱਡੀ ਸਫਲਤਾ ਮਿਲੀ ਹੈ ਪੰਜਾਬ ਪੁਲਿਸ ਨੂੰ ਕੇਕੜਾ ਨਾਮ ਦਾ ਇੱਕ ਨੌਜਵਾਨ ਗ੍ਰਿਫਤਾਰ ਕੀਤਾ ਗਿਆ ਹੈ ਉਹਨੂੰ ਹਿਰਾਸਤ ਦੇ ਵਿੱਚ ਲੈ ਕੇ ਪੁੱਛਤਾਛ ਕੀਤੀ ਜਾ ਰਹੀ ਹੈ ਸੋ ਕਈ ਖੁਲਾਸੇ ਜਿਹੜੇ ਹੈ ਵੱਡੇ ਹੋ ਸਕਦੇ ਨੇ ਤੁਹਾਨੂੰ ਦੱਸ ਦਿੰਨੇ ਆ ਇਸ ਮਾਮਲੇ ਦੇ ਵਿੱਚ ਅੱਜ ਸਵੇਰੇ ਹੀ ਜਿਹੜਾ ਪੰਜਾਬ ਪੁਲਿਸ ਨੂੰ ਇੱਕ ਸਫਲਤਾ ਹੋਰ ਮਿਲੀ ਸੀਗੀ ਕਿ 8 ਸ਼ੂਟਰਾਂ ਦੀ ਜਿਹੜੀ ਹੈ ਪਹਿਚਾਣ ਕੀਤੀ ਗਈ ਸੀ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਸੀਗਾ ਸੋ ਇਹ ਜਿਹੜੀ ਸਾਰੇ ਇਨਪੁਟਸ ਜਿਹੜੇ ਮਿਲੇ ਨੇ ਪੰਜਾਬ ਪੁਲਿਸ ਨੂੰ ਦਿੱਲੀ ਦੀ ਸਪੈਸ਼ਲ ਸੈੱਲ ਟੀਮ ਤੋਂ ਮਿਲੇ ਨੇ ਸੋ ਲਾਰੈਂਸ ਬਿਸ਼ਨੋਈ ਨੂੰ ਜਿਹੜਾ 5 ਦਿਨ ਦੇ ਰਿਮਾਂਡ ਤੇ ਲਿੱਤਾ ਗਿਆ ਸੀਗਾ ਉਸ ਦੌਰਾਨ ਲਾਰੈਂਸ ਬਿਸ਼ਨੋਈ ਤੋਂ ਕਈ ਇਨਪੁਟਸ ਪੰਜਾਬ ਪੁਲਿਸ ਨੂੰ ਮਿਲੇ ਸੀਗੇ ਜਿਹੜਾ ਜਿਸ ਤੋਂ ਬਾਅਦ ਦਿੱਲੀ ਪੁਲਿਸ ਦੀਆਂ ਵੀ ਟੀਮਾਂ ਜਿਹੜੀਆਂ ਨੇ ਅਲੱਗ-ਅਲੱਗ ਥਾਵਾਂ ਤੇ ਗਈਆਂ ਹੋਈਆਂ ਸੀ ਔਰ ਪੰਜਾਬ ਪੁਲਿਸ ਦੀਆਂ ਟੀਮਾਂ ਵੀ ਜਿਹੜੀਆਂ ਅਲੱਗ-ਅਲੱਗ ਜਗ੍ਹਾ ਤੇ ਰੇਡ ਕਰਨ ਗਈਆਂ ਸੀਗੀਆਂ ਸੋ ਇਹ ਵੀ ਇਨਪੁਟ ਸੀਗੇ ਕਿ ਸਿੱਧੂ ਮੂਸੇਵਾਲਾ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਜਿਹੜੇ ਆਰੋਪੀ ਨੇ ਉਹ ਦਿੱਲੀ ਦੇ ਨਾਲ ਨਾਲ ਯੂਪੀ ਜਾਂ ਫਿਰ ਨੇਪਾਲ ਵੀ ਕ੍ਰੋਸ ਕਰ ਚੁੱਕੇ ਹੋਏ ਨੇ ਸੋ ਤੁਹਾਨੂੰ ਦੱਸ ਦਿੰਨੇ ਆ ਉਸ ਤੋਂ ਬਾਅਦ ਸ਼ਾਰਪ ਸ਼ੂਟਰਾਂ ਦੀ ਜਿਹੜੀ ਪਹਿਚਾਣ ਹੋਈ ਅੱਜ ਇੱਕ ਹੋਰ ਵੱਡੀ ਸਫਲਤਾ ਮਿਲਦੀ ਹੈ ਕੇਕੜਾ ਨਾਮ ਦੇ ਪੁਲਿਸ ਕੇਕੜਾ ਨਾਮ ਦੇ ਇੱਕ ਆਰੋਪੀ ਨੂੰ ਜਿਹੜਾ ਹਿਰਾਸਤ ਦੇ ਵਿੱਚ ਲਿੱਤਾ ਜਾਂਦਾ ਹੈ ਸੋ ਹਿਰਾਸਤ ਦੇ ਵਿੱਚ ਲੈ ਕੇ ਕਈ ਇਨਪੁਟਸ ਜਿਹੜੇ ਪੰਜਾਬ ਪੁਲਿਸ ਨੂੰ ਮਿਲੇ ਆ ਔਰ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਹੀ ਪੰਜਾਬ ਪੁਲਿਸ ਜਾਂ ਤਾਂ ਪ੍ਰੈਸ ਰਿਲੀਜ਼ ਜਾਰੀ ਕਰ ਸਕਦੀ ਹੈ ਜਾਂ ਫਿਰ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਹੈ ਸਾਰੀ ਜਾਣਕਾਰੀ ਦਿੱਤੀ ਜਾਏਗੀ ਕਿ 8 ਦਿਨਾਂ ਦੇ ਵਿੱਚ ਪੁਲਿਸ ਨੇ ਕੀ ਕੀਤਾ ਪੁਲਿਸ ਦੀ ਜਿਹੜੀ ਜਾਂਚ ਹੈ ਕਿੱਥੇ ਤੱਕ ਪਹੁੰਚੀ ਔਰ ਇਸ ਮਾਮਲੇ ਦੇ ਵਿੱਚ ਕਿੰਨੇ ਲੋਕ ਸ਼ਾਮਲ ਨੇ ਸੋ ਇਸ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਜਿਹੜੇ ਤਾਰ ਨੇ 4 ਤੋਂ 5 ਸਟੇਟਾਂ ਦੇ ਵਿੱਚ ਚੱਲਦੇ ਨਜ਼ਰ ਆ ਰਹੇ ਨੇ ਸੋ ਰਾਜਸਥਾਨ ਦੀ ਗੱਲ ਕਰੀਏ ਕਦੀ ਕਿਹਾ ਜਾਂਦਾ ਕਿ ਜਿਹੜੇ ਸ਼ਾਰਪ ਸ਼ੂਟਰ ਨੇ ਉਹ ਰਾਜਸਥਾਨ ਵੱਲ ਫਰਾਰ ਹੋਏ ਨੇ ਹਰਿਆਣਾ ਦੇ ਸ਼ਾਰਪ ਸ਼ੂਟਰਾਂ ਦਾ ਨਾਮ ਆ ਰਿਹਾ ਹੈ ਹਿਮਾਚਲ ਦੇ ਸ਼ਾਰਪ ਸ਼ੂਟਰਾਂ ਦਾ ਨਾਮ ਆ ਰਿਹਾ ਹੈ ਦਿੱਲੀ ਦੇ ਸ਼ਾਰਪ ਸ਼ੂਟਰਾਂ ਦਾ ਨਾਮ ਆ ਰਿਹਾ ਔਰ ਯੂਪੀ ਦੇ ਕਈ ਐਸੇ ਗੈਂਗਸਟਰਾਂ ਨੇ ਜਿਨ੍ਹਾਂ ਦਾ ਨਾਮ ਸਾਹਮਣੇ ਆ ਰਿਹਾ ਹੈ ਸੋ 4 ਤੋਂ 5 ਸਟੇਟਾਂ ਦੇ ਜਿਹੜੇ ਗੈਂਗਸਟਰ ਨੇ ਉਹਨਾਂ ਨੇ ਮਿਲ ਕੇ ਸਿੱਧੂ ਮੂਸੇਵਾਲਾ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਹੈ ਸੋ 8 ਸ਼ਾਰਪ ਸ਼ੂਟਰਾਂ ਦੀ ਜਿਹੜੀ ਹੈ ਪਹਿਚਾਣ ਕਰ ਦਿੱਤੀ ਗਈ ਹੈ ਉਹਨਾਂ ਦੀਆਂ ਫੋਟੋਗ੍ਰਾਫਸ ਵੀ ਪੰਜਾਬ ਪੁਲਿਸ ਵੱਲੋਂ ਇਹ ਕਿਹਾ ਗਿਆ ਕਿ ਰਿਲੀਜ਼ ਕਰ ਦਿੱਤੀਆਂ ਗਈਆਂ ਨੇ ਸੋ ਤੁਹਾਨੂੰ ਦੱਸ ਦਿੰਦੇ ਆ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਵੱਡੀ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਕੇਕੜਾ ਨਾਮ ਦੇ ਇੱਕ ਆਰੋਪੀ ਨੂੰ ਹਿਰਾਸਤ ਦੇ ਵਿੱਚ ਲਿੱਤਾ ਗਿਆ ਜਿਹੜਾ ਕਿ 45 ਮਿੰਟ ਤੱਕ ਸਿੱਧੂ ਮੂਸੇਵਾਲਾ ਦੇ ਘਰ ਦੇ ਅੰਦਰ ਰਹਿੰਦਾ ਹੈ ਫੈਨ ਬਣ ਕੇ ਅੰਦਰ ਜਾਂਦਾ ਹੈ ਸਿੱਧੂ ਮੂਸੇਵਾਲਾ ਦੇ ਨਾਲ ਸੈਲਫੀਆਂ ਕਰਾਉਂਦਾ ਔਰ ਫੋਟੋਆਂ ਵੀ ਕਰਾਈਆਂ ਜਾਂਦੀਆਂ ਨੇ ਉੱਥੇ ਹੀ ਚਾਹ ਪਾਣੀ ਪੀਂਦਾ ਔਰ ਉੱਥੋਂ ਹੀ ਸਾਰੀ ਜਾਣਕਾਰੀ ਜਿਹੜੀ ਹੈ ਸਿੱਧੂ ਮੂਸੇਵਾਲਾ ਦੇ ਹੱਤਿਆਰਿਆਂ ਤੱਕ ਪਹੁੰਚਾਉਂਦਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਸਾਰੀ ਜਾਣਕਾਰੀ ਜਿਹੜੀ ਹੈ ਸਿੱਧੂ ਮੂਸੇਵਾਲਾ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਆਰੋਪੀਆਂ ਨੂੰ ਕਿ ਸਿੱਧੂ ਮੂਸੇਵਾਲਾ ਕਿਹੜੀ ਗੱਡੀ ਦੇ ਵਿੱਚ ਨਿਕਲਣ ਲੱਗਦਾ ਹੈ ਔਰ ਕਿੰਨੇ ਬੰਦੇ ਉਹਦੇ ਨਾਲ ਗੱਡੀ ਦੇ ਵਿੱਚ ਸਵਾਰ ਨੇ ਉਹਦੇ ਨਾਲ ਸੁਰੱਖਿਆ ਹੈਗੀ ਹੈ ਜਾਂ ਨਹੀਂ ਜਿਹੜੀ ਸਾਰੀ ਜਾਣਕਾਰੀ ਆਰੋਪੀਆਂ ਤੱਕ ਪਹੁੰਚਾਈ ਜਾਂਦੀ ਹੈ ਜਿਸ ਤੋਂ ਬਾਅਦ ਆਰੋਪੀ ਜਿਹੜੇ ਨੇ ਪਿੱਛਾ ਕਰਦੇ ਨੇ ਸਿੱਧੂ ਮੂਸੇਵਾਲਾ ਦਾ ਔਰ ਘਰ ਤੋਂ ਕਰੀਬ 5 ਕਿਲੋਮੀਟਰ ਜਵਾਹਰਕੇ ਰੋਡ ਤੇ ਜਾ ਕੇ ਸਿੱਧੂ ਮੂਸੇਵਾਲਾ ਨੂੰ ਜਿਹੜਾ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਵਿੱਚ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਔਰ ਇਸ ਵੇਲੇ ਪੰਜਾਬ ਪੁਲਿਸ ਨੂੰ ਸਭ ਤੋਂ ਵੱਡੀ ਜਿਹੜੀ ਅਪਡੇਟ ਮਿਲੀ ਹੈ ਔਰ ਸਭ ਤੋਂ ਵੱਡਾ ਲਿੰਕ ਆਰੋਪੀਆਂ ਤੱਕ ਪਹੁੰਚਣ ਦਾ ਸਭ ਤੋਂ ਵੱਡਾ ਲਿੰਕ ਜਿਹੜਾ ਜ਼ਰੀਆ ਮਿਲਿਆ ਪੰਜਾਬ ਪੁਲਿਸ ਨੂੰ ਉਹ ਕੇਕੜਾ ਨਾਮ ਦੇ ਆਰੋਪੀ ਨੂੰ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਲਿੱਤਾ ਗਿਆ ਸੋ ਤੁਹਾਨੂੰ ਦੱਸ ਦਿੰਦੇ ਆ ਪੰਜਾਬ ਪੁਲਿਸ ਕੁਝ ਸਮੇਂ ਬਾਅਦ ਹੀ ਜਿਹੜਾ ਪ੍ਰੈਸ ਰਿਲੀਜ਼ ਜਾਰੀ ਕਰ ਸਕਦੀ ਹੈ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਉਸ ਦੌਰਾਨ ਪੱਤਰਕਾਰਾਂ ਨੂੰ ਸਾਰੀ ਜਾਣਕਾਰੀ ਦਿੱਤੀ ਜਾਏਗੀ।